ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੰਤਰੀ ਪਦ ਦਾ ਅਹੁਦਾ ਛੱਡਿਆ ਤਾਂ ਹਰ ਕੋਈ ਸਿੱਧੂ ਤੋਂ ਕਈ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਚਾਹੁੰਦਾ ਸੀ। ਸਿੱਧੂ ਪਹਿਲਾਂ ਤਾਂ ਕਈ ਮਹੀਨੇ ਰੁਪੋਸ਼ ਹੀ ਰਹੇ, ਨਾ ਕਿਸੇ ਮੇਲੀ ਗੇਲੀ ਨੂੰ ਮਿਲੇ ਅਤੇ ਨਾ ਹੀ ਕਿਸੇ ਵਰਕਰ ਨੂੰ। ਮੀਡੀਆ ਦੇ ਕੈਮਰੇ ਦੀ ਅੱਖ ਵੀ ਨਵਜੋਤ ਸਿੰਘ ਸਿੱਧੂ ਨੂੰ ਦੇਖਣ ਨੂੰ ਤਰਸਦੀ ਰਹੀ, ਪਰ ਸਿੱਧੂ ਨੇ ਆਖਿਰਕਾਰ ਕੁਝ ਮਹੀਨਿਆਂ ਬਾਅਦ ਕੈਮਰੇ ਦੇ ਅੱਗੇ ਆਉਣਾ ਸ਼ੁਰੂ ਕਰ ਦਿੱਤਾ। ਪਰ ਇਸ ਦੇ ਬਾਵਜੂਦ ਵੀ ਸਿੱਧੂ ਦੀ ਚੁੱਪੀ ਹਾਲੇ ਤੀਕਰ ਬਰਕਰਾਰ ਹੈ। ਨਵਜੋਤ ਸਿੰਘ ਸਿੱਧੂ ਸੋਮਵਾਰ ਨੂੰ ਆਪਣੇ ਹਲਕੇ ਵਿੱਚ ਹੋ ਰਹੇ ਕਬੱਡੀ ਕੱਪ ਵਿੱਚ ਸ਼ਿਰਕਤ ਕਰਨ ਪਹੁੰਚੇ, ਪਰ ਇੱਥੇ ਵੀ ਸਿੱਧੂ ਦੇ ਅੰਗ ਰੱਖਿਅਕਾਂ ਨੇ ਮੀਡੀਆ ਨੂੰ ਉਹਨਾਂ ਦੇ ਨੇੜੇ ਹੀ ਨਾ ਜਾਣ ਦਿੱਤਾ। ਹਾਲਾਂਕਿ ਇਸ ਦੌਰਾਨ ਸਿੱਧੂ ਆਪਣੇ ਹਲਕੇ ਦੇ ਲੋਕਾਂ ਅਤੇ ਖਿਡਾਰੀਆਂ ਨੂੰ ਚੰਗੀ ਤਰ੍ਹਾਂ ਮਿਲਦੇ ਜੁਲਦੇ ਵਿਖਾਈ ਦਿੱਤੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਿੱਧੂ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਉਦਘਾਟਨ ਮੌਕੇ ਵੀ ਨਜ਼ਰ ਆਏ ਸੀ, ਪਰ ਉਸ ਸਮੇਂ ਵੀ ਸਿੱਧੂ ਕੁਝ ਖਾਸ ਬੋਲਣ ਤੋਂ ਕੰਨੀ ਹੀ ਕਤਰਾਉਂਦੇ ਰਹੇ। ਉਧਰ ਸਿੱਧੂ ਦੀ ਇਸ ਚੁੱਪੀ ਨੂੰ ਸਿਆਸੀ ਮਾਹਿਰ ਕਈ ਤਰ੍ਹਾਂ ਨਾਲ ਦੇਖ ਰਹੇ ਨੇ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਸਿੱਧੂ ਪਾਰਟੀ ਹਾਈ ਕਮਾਂਡ ਦੇ ਕਹਿਣ ਮੁਤਾਬਕ ਚੁੱਪੀ ਵੱਟੀ ਬੈਠੇ ਨੇ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੀ ਉਡੀਕ ਵਿੱਚ ਨੇ। ਇਹ ਵੀ ਕਿਹਾ ਜਾ ਰਿਹਾ ਕਿ ਕਾਂਗਰਸ ਨੇ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਦੱਸਦਿਆਂ ਚੁੱਪ ਕਰਨ ਦੀਆਂ ਹਦਾਇਤਾਂ ਦਿੱਤੀਆਂ ਹੋਈਆਂ ਨੇ। ਇਹ ਵੀ ਦੱਸ ਦਈਏ ਕਿ ਸਿੱਧੂ ਬੀਤੇ ਦਿਨੀ ਹੋਏ ਵਿਧਾਨ ਸਭਾ ਇਜਲਾਸ ਵਿੱਚ ਵੀ ਗੈਰ ਹਾਜ਼ਰ ਰਹੇ ਸੀ ਅਤੇ ਉਸ ਤੋਂ ਪਹਿਲਾਂ ਬਜਟ ਸੰਬੰਧੀ ਚਰਚਾ ਲਈ ਮੁੱਖ ਮੰਤਰੀ ਵੱਲੋਂ ਵਿਧਾਇਕਾਂ ਨਾਲ ਕੀਤੀ ਬੈਠਕ ਤੋਂ ਵੀ ਸਿੱਧੂ ਨੇ ਪਾਸਾ ਵੱਟ ਲਿਆ ਸੀ। ਅਜਿਹੇ ਵਿੱਚ ਹੁਣ ਸਿੱਧੂ ਦੀ ਚੁੱਪੀ ਦਾ ਮਤਲਬ ਵਿਰੋਧੀ ਜਾਂ ਮੀਡੀਆ ਤੱਕ ਹੀ ਕਾਂਗਰਸੀਆਂ ਨੂੰ ਵੀ ਚੰਗੀ ਤਰ੍ਹਾਂ ਨਹੀਂ ਪਤਾ ਲੱਗ ਰਿਹਾ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ, ਪੰਜਾਬੀ ਲੋਕ ਚੈਨਲ।